ਨਹੀਂ
ਪਿਆਰੋ ਇੱਕ ਤੌਲੀਆ ਅਸੀਸਾਂ ਨਾਲ ਹੀ ਸਾਰੇ ਕਾਰਜ ਅਸੀਂ ਕਰਦੇ ਆ ਬਾਕੀ ਤਾਂ ਭਾਈ ਉਹਨੇ ਪੜਨਾ ਤਾਂ ਕਰਕੇ ਮੈਂ ਲੈ ਕੇ ਨਹੀਂ ਚੱਲਿਆ ਕੋਈ ਨਹੀਂ ਤਾਂ ਤੁਸੀਂ ਵਰਤ ਵਰਦ ਵਰਤ ਲਿਓ ਵਾਹਿਗੁਰੂ ਦਾ ਨਾਮ ਲਵੋ ਹਾਂ ਤੁਸੀਂ ਵਰਤ ਲਿਓ ਠੀਕ ਹੈ ਕੋਈ ਨਹੀਂ ਹਾਂ ਚਲੋ ਠੀਕ ਹੈ ਤਾਂ ਭਾਈ ਚੰਗਾ ਹਾਂ ਮੇਰਾ ਦੋਸਤ ਆ ਗਿਆ ਵਾਹਿਗੁਰੂ ਤੁਹਾਨੂੰ ਠੀਕ ਹੈ ਤਾਂ ਭਾਈ ਓਕੇ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਈ ਲੇਡੀ ਘਰ ਆ ਗਈ ਹੈ ਜੀ ਬੇਨਤੀ ਲੈ ਕੇ ਮੈਂ ਦਿਖਾਉਣਾ ਤੁਹਾਨੂੰ ਕੋਈ ਘਰ ਆ ਗਈ ਆ ਬੇਨਤੀ ਲੈ ਕੇ ਹਾਂਜੀ ਭੈਣ ਜੀ ਹਾਂਜੀ ਕੀ ਗੱਲ ਹੋ ਗਈ ਮੈਨੂੰ ਆ ਗਿਆ ਬਿੱਲ ਜ਼ਿਆਦਾ ਬਿੱਲ ਤੇ ਮੈਂ ਤਾਰਤਾ ਵਾ ਪਰ ਉਹਦੀ ਦਵਾਈ ਜੋਗੇ ਮੇਰੇ ਕੋਲ ਪੈਸੇ ਨਹੀਂ ਬਚੇ ਕਿਹਦੀ ਦਵਾਈ ਜੋਗੇ ਉਹ ਮੁੰਡੇ ਦੀ ਉਹ ਖਾਂਦਾ ਨਾ ਉਹਨੂੰ ਦਵਾਈ ਕਰਾਈ ਮੈਂ ਕਾਹਦੀ ਦਵਾਈ ਹੈ ਇਹ ਜਿਹੜਾ ਨਸ਼ਾ ਛਡਾਉਂ ਤਾਂ ਤਾਂ ਦਵਾਈ ਚਾਹੀਦੀ ਹੈ ਕਿਹਦੇ ਨਾਲ ਹਸਪਤਾਲ ਕਿਹਦੇ ਨਾਲ ਹਸਪਤਾਲ ਨਹੀਂ ਤਾਂ ਦਵਾਈ ਤੇ ਅੱਜ ਨੂੰ ਅੱਛਾ ਇਹ ਕਿੰਨੀ ਜਾਣੀ ਹੈ नशा करता वा गोल्डन गेट बने नवा जे करके सेंटर ਮਾਤਾ ਨੂੰ ਬੁਲਾਇਆ ਸੀ ਜਿਹੜੀ ਮਾਤਾ ਸਵੇਰੇ ਆਈ ਸੀ ਸਵੇਰੇ ਅਸੀਂ ਮੈਂ ਦਮਾਲੋ ਨਹੀਂ ਸੀ ਮਿਲਿਆ ਇਸ ਕਰਕੇ ਬਾਹਰ ਨਹੀਂ ਸੀਗੇ ਉਹ ਬਚਨ ਕਰਦੇ ਮੁੰਡਾ ਕਿਉਂ ਨਸ਼ੇ ਕਰਦਾ ਦੇਖਦੇ ਹਾਂ ਇਹਨੂੰ ਪੈਸੇ ਦਿੰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਠੀਕ ਹੈ ਇੱਧਰ ਆ ਸਾਈਡ ਤੇ ਆ ਕੀ ਗੱਲ ਹੋ ਗਈ ਤੈਨੂੰ ਨਸ਼ੇ ਕਰਨ ਲੱਗ ਪਿਆ राजे जे तू कम पै गया वा तो हूं तेरी मां मेरे को आई है अज भी मेरे को आई है पहले भी मेरे को एक बार हेल्प लिया गई है तेन भी पता इस गल का उदो भी बाह नहीं फड़ी नहीं फड़ी सी ना राजे आप क्यों नहीं सीखते ਆਪਾਂ ਇਤਰਾ ਤੇ ਕੰਮ ਕਰੀਏ ਕਿ ਆਪਾਂ ਕਿਸੇ ਦੀ ਹੈਲਪ ਕਰੀਏ ਆਪਾਂ ਕਿਉਂ ਐਵਰੀ ਟਾਈਮ ਮੈਂ ਬਚਾਈ ਤੇਰੀ ਮਾਤਾ ਮੇਰੇ ਕੋ ਆਉਂਦੀ ਹੈ ਇਹ ਗੱਲ ਇਤਰਾ ਨਹੀਂ ਬਣਦੀ ਰਾਜੇ ਰਾਜੇ ਤਾਂ ਚੰਗਾ ਨਹੀਂ ਲੱਗਦਾ ਮਾਂ ਤੇਰੀ ਬਜ਼ੁਰਗ ਹੈ ਤੂੰ ਉਹਨੂੰ ਸਾਹਮਣਾ ਇਹ ਮੇਰੇ ਅੱਗੇ ਆ ਕੇ ਵਿਚਾਰੀ ਰੋਂਦੀ ਸੀ ਸਵੇਰੇ ਬਾਬਾ ਮੈਂ ਜਿਹੜਾ ਨਸ਼ੇ ਪੈ ਗਿਆ ਮੈਂ ਗਲਤ ਪੈ ਗਿਆ ਹਾਂ ਤੇ ਮੈਂ ਕੰਟਰੋਲ ਨਹੀਂ ਹੁੰਦਾ ਹੁਣ ਵੀ ਹੁੰਦਾ ਹੁਣ ਵੀ ਹੁੰਦਾ ਹੁਣ ਵੀ ਹੁੰਦਾ ਕੰਟਰੋਲ ਚੜਦਾ ਵਾ ਤੇ ਕੰਨੀ ਆਏ ਦਿਨ
ਬਾਬਾ ਚੰਗਾ ਕਰਦੇ ਮੇਰਾ ਬਾਬਾ ਜਿੱਦਾਂ ਦਾ ਮੈਂ ਉਹਦਾ ਨਾਮ ਚਲੀ ਕਰਦੇ ਚਲੋ ਮੇਰੇ ਬਾਬਾ ਮੇਰੇ ਬੱਚੇ ਨੂੰ ਹੁਣ ਦੇਖ ਮਾਂ ਤੇਰੀ ਇੰਨਾ ਤੜਫਦੀ ਆ ਮੇਰੇ ਕੋਲ ਆਈ ਆ ਹੈਂ ਅਸੀਂ ਵੀ ਯਾਰ ਚਲੋ ਠੀਕ ਆ ਅਸੀਂ ਮਾਰੇ ਸਾਨੂੰ ਇਸੇ ਲਈ ਰੱਖਿਆ ਕਿ ਹਾਂ ਅਸੀਂ ਗਰੀਬ ਦੁਖੀ ਦੀ ਨਾਲ ਖੜੀਏ ਜਿਹਨੇ ਜੋਗੇ ਹੈਗੇ ਖੜਦੇ ਆਪਣੀ ਕਿਰਤਾਂ ਕਰਦੇ ਆ ਪਰ ਯਾਰ ਜੇਕਰ ਤੁਹਾਡੇ ਵਰਗੇ ਮਾਰੇ ਹੋ ਤੁਸੀਂ ਕੀ ਚਾਹੁੰਦੇ ਹੋ ਮੈਨੂੰ ਦਵਾਈ ਲਿਆ ਦੇ ਕੱਲ ਤੋਂ ਮੈਂ ਕੰਮ ਤੇ ਜਾਊਂਗਾ ਤੇ ਤੈਨੂੰ ਆਪਣੀ ਰੂਟੀਨ ਨਾਲ ਦਵਾਈ ਖਾਊਂਗਾ ਮਾਲਕ ਕੋਲ ਪੈਸੇ ਲੈ ਕੇ ਨਹੀਂ ਮਾਲਾ ਮੈਂ ਹੁਣ ਦਵਾਈ ਲਿਆ ਦੇਣਾ ਫਿਰ ਆਪੇ ਕਮਾ ਲੇਗਾ ਦਵਾਈ ਜੋਗੇ ਹੈ ਮਾਤੇ ਹੁਣ ਤੁਹਾਨੂੰ ਦਵਾਈ ਜੋਗੇ ਚਾਹੀਦੇ ਆ ਪੈਸੇ ਤੇ ਅੱਗੇ ਤੋਂ ਇਹਨੂੰ ਜਾਂ ਖੁਦ ਕਮਾ ਤੇ ਖੁਦ ਖਾ ਦਵਾਈ ਹੁੰਦਾ ਰਹੀ ਹੈ ਗਲਤੀ ਨਾ ਕਰੀ ਮੇਰਾ ਮੇਰਾ ਭਰਾ ਤੇ ਇਹੋ ਜਿਹੇ ਕੰਮ ਛੱਡ ਦੇ ਆਪਣੀ ਮਾਂ ਵੱਲ ਦੇਖ ਜੇ ਤੂੰ ਗਲਤ ਕੰਮ ਕੀਤਾ ਤੇ ਫਿਰ ਵੇਖੀ ਫਿਰ ਉਹਨਾਂ ਆਹ ਲੈ ਮਤਲਬ 1000 ਰੁਪਇਆ ਪਰ ਤੂੰ ਗਲਤ ਕੰਮ ਨਹੀਂ ਕਰਦਾ ਠੀਕ ਹੈ ਜੇ ਤੂੰ ਗਲਤ ਕੰਮ ਕੀਤਾ ਤੇ ਫਿਰ ਮੁੜ ਕੇ ਦੇਖ ਲਈ ਉਹ ਮੈਂ ਸੱਲਾ ਨਹੀਂ ਦੇ ਹਾਂ ਮਾਈ ਬੇਨਤੀ ਆ ਅੱਜ ਤੁਸੀਂ ਮੇਰੇ ਕੋਲ ਆ ਗਏ ਹੋ ਅੱਗੇ ਤੋਂ ਜੱਬੀ ਸਾਹਿਬ ਕਰੋ ਮਹਾਰਾਜ ਦੇ ਨਾਲ ਜੁੜੋ ਕਿਸੇ ਨੇ ਸਾਥ ਨਹੀਂ ਦੇਣਾ ਤੁਸੀਂ ਪੁੱਤ ਪੁੱਤ ਕਰ ਦਿਓ ਮਹਾਰਾਜ ਨੇ ਸਾਫ ਕਿਹਾ ਪੁੱਤ ਜਿਹੜੇ ਨਾ ਪੁੱਤ ਘਰ ਵਾਲਾ ਕੋਈ ਵੀ ਸਾਥ ਨਿਭਣ ਵਾਲਾ ਨਹੀਂ ਤੁਹਾਡੀ ਉਮਰ ਆ ਤੁਸੀਂ ਆਪਣਾ ਜੱਬੀ ਸਾਹਿਬ ਕਰੋ ਮਹਾਰਾਜ ਦੇ ਨਾਲ ਜੁੜੋ ਮੈਂ ਸਾਫ ਜੀ ਗੱਲ ਕਹਿੰਦਾ ਆਪਣੇ ਗੁਰੂ ਨੂੰ ਧਿਆਓ ਕਿ ਜੀ ਅਕਾਲ ਪੁਰਖ ਨੂੰ ਧਿਆਓ ਆ ਕੋਈ ਆ ਜਿਹੜਾ ਪੁੱਤ ਆ ਅਕਲੇ ਤਾਂ ਮੈਂ ਵਾ ਕਿਸੇ ਵੀ ਕਿਸੇ ਦੇ ਕੰਮ ਨਹੀਂ ਆਉਣਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੰਮ ਆਉਣਾ ਉਹਦੇ ਨਾਮ ਤੇ ਆਇਆ ਜਿਹੜਾ ਉਹ ਤੁਹਾਡੇ ਕੰਮ ਆਉਣਾ ਆ ਜਿਹੜੇ ਤੁਹਾਨੂੰ ਪੈਸੇ ਹੀ ਮਿਲੇ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੀ ਹੈਗੇ ਨੇ ਜਿਹੜੇ ਤੁਹਾਨੂੰ ਮੈਂ ਦੇਤੇ ਆ ਪਰ ਮਾਤਾ ਜੀ ਮੇਰੀ ਵੀ ਬੇਨਤੀ ਤੁਹਾਡੇ ਅੱਗੇ ਆ ਪੁੱਤ ਦੇ ਮੋਹ ਨੂੰ ਚਲੋ ਠੀਕ ਹੈ ਮੈਂ ਮੰਨਦਾ ਦੁਨਿਆਵੀ ਤੌਰ ਤੇ ਤੁਸੀਂ ਤਿਆਗ ਨਹੀਂ ਸਕਦੇ ਪਰ ਇੰਨਾ ਮੋਹ ਨਾ ਕਰੋ ਪੁੱਤਾਂ ਨਾਲ ਧੀਆਂ ਦਾ ਹਾਂ ਹਾਂ ਤੁਸੀਂ ਆਪ ਅੰਮ੍ਰਿਤਧਾਰੀ ਗੁਰੂ ਬਣੋ ਮਾਲਕ ਆਪ ਕਿਰਪਾ ਕਰੂਗਾ ਤੁਸੀਂ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜੋ ਠੀਕ ਹੈ ਕਰਦਾ ਇਹਨੂੰ ਵੀ ਕਹੋ ਤੂੰ ਗੁਰੂ ਵਾਲਾ ਬਣ ਵੀਰੇ ਤੂੰ ਵੀ ਗੁਰੂ ਵਾਲਾ ਬਣ ਜੇ ਗੁਰੂ ਵਾਲਾ ਬਣ ਗਿਆ ਗੁਰੂ ਨੇ ਆਪੇ ਕਿਰਪਾ ਕਰ ਦੇਣੀ ਆ ਜਪਜੀ ਸਾਹਿਬ ਕਰਿਆ ਕਰ ਜੇ ਜਪਜੀ ਸਾਹਿਬ ਕਰੇਗਾ ਮਹਾਰਾਜ ਦੀ ਬਾਣੀ ਦਾ ਨਸ਼ਾ ਜਿਹੜਾ ਨਾ ਇੰਨਾ ਮਿੱਠਾ ਵਾ ਕਿ ਤੂੰ ਸਾਰੇ ਦੁਨਿਆਵੀ ਨਸ਼ੇ ਭੁੱਲ ਜਾਣੇ ਆ ਅਸੀਂ ਵੀ ਕਰਦੇ ਹਾਂ ਨਿਤਨੇਮ ਕਰਦੇ ਹਾਂ ਇੰਨਾ ਆਨੰਦ ਆਉਂਦਾ ਕਿ ਪੁੱਛ ਹੀ ਪੁੱਛ ਨਾ ਸਾਰਾ ਦਿਨ ਚੜ੍ਹਦੀ ਕਲਾ ਚੁੱਕੀ ਦਾ ਠੀਕ ਆ ਤੇ ਵੀਰੇ ਏਦਾਂ ਹੀ ਕਰ ਨਸ਼ੇ ਛੱਡ ਦੇ ਘੱਟੋ ਘੱਟ ਮੇਰੇ ਮੇਰੇ ਕਹਿਣ ਤੇ ਇੱਕ ਜਪਜੀ ਸਾਹਿਬ ਜ਼ਰੂਰ ਕਰਿਆ ਕਰ ਮਤਲਬ ਇਹਨੂੰ ਜਪਜੀ ਸਾਹਿਬ ਕਰਾਇਆ ਕਰੋ ਪਾਠ ਕਰਿਆ ਕਰ ਜਪਜੀ ਸਾਹਿਬ ਠੀਕ ਆ ਚਲੋ ਠੀਕ ਆ ਮਾਤਾ ਜੀ ਠੀਕ ਹੈ ਮੈਂ ਵੀ ਹੁਣ ਕਿੰਨੇ ਜਾਣਾ ਕੰਮ ਤੇ ਬਾਕੀ ਵੀਰੇ ਬੇਨਤੀ ਇਹੀ ਆ ਨਾ ਕਰੋ ਠੀਕ ਆ ਚਲੋ ਠੀਕ ਹੈ ਮਾਤਾ ਜੀ ਓਕੇ ਜੀ ਬਾਈ ਬਾਈ ਸਾਹਿਬ ਬਾਈ